ਉਹ ਜੱਸੀ ਕੀ ਗੱਲ ਹੋ ਗਈ, ਬੜਾ ਹਫਿਆ ਫਿਰਦਾ, ਤੇਰੇ ਕੋਈ ਮਗਰ ਲੱਗਾ? ਬਾਈ ਜੀ ਪਿੰਡ ਦੇ ਮੋੜ ਤੇ ਕਿਸੇ ਨੇ ਛੋਟੇ ਬਾਈ ਤੇ ਗੋਲੀ ਕਰਤੀ। ਉਹ ਕੀ ਗੱਲ ਕਰਦਾ ਜੱਸੀ? ਨਾਲੇ ਸਹੋਤਾ ਉੱਚੀ ਉੱਚੀ ਲਲਕਾਰੇ ਮਾਰ ਕੇ ਕਹਿੰਦਾ, ਹੁਣ ਮੈਨੂੰ ਕਿਸੇ ਦਾ ਡਰ ਨੀ। ਉਹ ਛੋਟਿਆ, ਗਿੱਦੜਾਂ ਦੇ ਭੌਂਕਣ ਨਾਲ ਸ਼ੇਰ ਗਰਜਣਾ ਬੰਦ ਨਹੀਂ ਕਰ ਦਿੰਦੇ, ਨਾਲੇ ਇਹ ਛੋਟੇ ਮੋਟੇ ਧਮਾਕੇ ਤੇ ਜੱਟਾਂ ਦੀ ਸ਼ਾਨ ਵਧਾਉਂਦੇ ਨੇ, ਇਸੇ ਕਰਕੇ ਹੀ ਸ਼ੇਰਾਂ ਦੇ ਪੁੱਤ ਸ਼ੇਰ ਕਹਾਉਂਦੇ ਨੇ। ਪੰਜਾਬੀਆਂ ਨੂੰ